ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਦੇ ਪਿੰਡ ਸ਼੍ਰੀ ਵਿਖੇ ਬਾਬਾ ਹਿੰਮਤ ਸਿੰਘ ਕਸ਼ਯਪ ਰਾਜਪੂਤ ਸਮਾਜ ਸੁਧਾਰ ਸਭਾ ਰਜਿਸਟਰਡ ਵੱਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਸਾਲਾਨਾ ਸਮਾਗਮ ਸਮੂਹ ਇਲਾਕਾ ਨਿਵਾਸੀਆਂ NRIs ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸਮੂਹ ਸੇਵਾਦਾਰਾਂ ਵੱਲੋਂ ਆਪਣੀਆਂ ਆਪਣੀਆਂ ਡਿਊਟੀਆਂ ਨੂੰ ਬਾਖੂਬੀ ਨਿਭਾਇਆ ਗਿਆ। ਆਈਆਂ ਸੰਗਤਾਂ ਵਾਸਤੇ ਸਵੇਰ ਸਮੇਂ ਕਮੇਟੀ ਵੱਲੋਂ ਚਾਹ ਪਕੌੜਿਆਂ ਦੇ ਲੰਗਰਾਂ ਦਾ ਅਟੁੱਟ ਪ੍ਰਬੰਧ ਕੀਤਾ ਗਿਆ ਸੀ, ਜਿਸ ਨੂੰ ਸੰਗਤਾਂ ਨੇ ਪੰਗਤਾਂ ਵਿੱਚ ਬੈਠ ਕੇ ਗ੍ਰਹਿਣ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਇਸ ਸਮਾਗਮ ਦੀ ਰੌਣਕ ਨੂੰ ਵਧਾਉਂਦਿਆਂ ਆਪਣਾ ਜੀਵਨ ਸਫਲਾ ਕੀਤਾ। ਇਸ ਮੌਕੇ ਸਭ ਤੋਂ ਪਹਿਲਾਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬਾਂ ਜੀ ਦੇ ਭੋਗ ਪਾਏ ਗਏ। ਸਭ ਨੂੰ ਕਰੋ ਹਰ ਰਾਏ ਕਾਮਯਾਸ ਕਲਿਆਣ ਸੁਖ ਜਾਂਦੇ ਸਭ।
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਪਵਿੱਤਰ ਇਲਾਹੀ ਬਾਣੀ ਤੋਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਗਿਆ। ਪਹੁੰਚੇ ਢਾਡੀ ਜਥੇ ਵੱਲੋਂ ਆਈਆਂ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ। ਮਤੀ ਧਰਮੀਆਂ ਤੇ ਪਰਚਾ ਪਾਏ ਪਾਣੀ
ਇਸ ਮੌਕੇ ਤੇ ਵੱਖ ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਸ਼ਖਸੀਅਤਾਂ ਤੋਂ ਇਲਾਵਾ ਹਲਕਾ ਵਿਧਾਇਕ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਆਪਣੀ ਸਮੁੱਚੀ ਟੀਮ ਸਮੇਤ ਪੁੱਜੇ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਕੁਝ ਸ਼ਖਸੀਅਤਾਂ ਵੱਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਯਾਦ ਕਰਦਿਆਂ ਆਪਣੇ ਸ਼ਬਦਾਂ ਰਾਹੀਂ ਕਿਹਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਮੋਤੀ ਰਾਮ ਮਹਿਰਾ ਜੀ ਦੇ ਕੁਰਬਾਨੀ ਨੂੰ ਯਾਦ ਕਰਦੇ ਹੋਏ ਹਾਂ। ਬਾਬੇ ਸ਼ਹੀਦਾਂ ਦੇ ਪਵਿੱਤਰ ਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਇਕੱਤਰ ਹੋਏ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਸਥਾ ਦਾ ਸਰਦਾਰ ਗਰੀਬ ਸਿੰਘ ਹੋਰਾਂ ਦਾ ਅਤੇ ਇਹਨਾਂ ਦੇ ਨਾਲ ਜਿੰਨੀਆਂ ਵੀ ਜੁੜੇ ਹੋਈਆਂ ਹਸਤੀਆਂ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਕਾਰਜ ਕੀਤਾ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਇਤਿਹਾਸ ਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਯਾਦ ਰੱਖਦੀਆਂ ਨੇ ਉਹ ਹੀ ਕੌਮਾਂ ਸੰਸਾਰ ਦੇ ਵਿੱਚ ਜਿੰਦਾ ਰਹਿੰਦੀਆਂ ਨੇ। ਅਸੀਂ ਕਈ ਵਾਰੀ ਦੇਖਦੇ ਹਾਂ, ਕਈ ਵਾਰੀ ਗੱਲ ਵੀ ਹੁੰਦੀ ਹੈ ਕਿ ਨੌਜਵਾਨ ਨਸ਼ਿਆਂ ਵੱਲ ਲੱਗ ਰਹੇ ਨੇ, ਬੱਚੇ ਆਖੇ ਨਹੀਂ ਲੱਗਦੇ, ਹੋਰ ਬੁਰੀਆਂ ਆਦਤਾਂ ਦੇ ਵਿੱਚ ਪੈ ਗਏ ਨੇ। ਜੇ ਉਹਨਾਂ ਨੂੰ ਇਸ ਪਾਸੇ ਤੋਂ ਬਚਾ ਕੇ ਰੱਖਣਾ ਹੈ ਉਹਦਾ ਇੱਕੋ ਇੱਕ ਰਾਹ ਹੈ ਕਿ ਉਹਨਾਂ ਨੂੰ ਆਪਾਂ ਆਪਣੀ ਵਿਰਾਸਤ ਦੇ ਨਾਲ, ਆਪਣੇ ਇਤਿਹਾਸ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ ਅਤੇ ਆਪਣੀ ਬੋਲੀ ਦੇ ਨਾਲ ਜੋੜ ਕੇ ਰੱਖੀਏ। ਸਤਸੰਗ ਜੀ, ਇਹੋ ਜਿਹੇ ਜਿਹੜੇ ਸ਼ਹੀਦ ਹੁੰਦੇ ਹਨ ਬੜੀ ਤਪੱਸਿਆ ਦੇ ਕਾਰਨ ਉਹਨਾਂ ਨੂੰ ਇਸ ਮੁਕਤੀ ਦਾ ਰਸਤਾ ਮਿਲਦਾ। ਧੰਨ ਬਾਬਾ ਮੋਤੀਦਾਸ ਜੀ ਮਹਿਰਾ ਜੀ, ਇਹ ਕੋਈ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਸਨ। ਆਪਾਂ ਉਹਨਾਂ ਭਗਤਾਂ ਦੀ ਗੱਲ ਕਰੀਏ, ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜਾਂ ਰਵਿਦਾਸ ਤੋਂ ਬਾਅਦ ਕਬੀਰ ਜੀ ਮਹਾਰਾਜ ਜਾਂ ਫਰੀਦ ਜੀ ਮਹਾਰਾਜ, ਇਹ 15 ਭਗਤ ਜੋ ਅੱਜ ਦੁਨੀਆ ਦੇ ਉੱਤੇ ਇਹਨਾਂ ਦਾ ਨਾਂ ਰੋਸ਼ਨ ਹੈ। ਕੋਈ ਇਹ ਕੋਈ ਅਮੀਰ ਟਪਕੇ ਦੇ ਨਹੀਂ ਸਨ, ਜਾਂ ਕੋਈ ਇਹਨਾਂ ਦੀਆਂ ਬੜੀਆਂ ਮਿਲਾਂ ਨਹੀਂ ਸਨ ਚੱਲਦੀਆਂ, ਜਾਂ ਹੋਰ ਕੋਈ ਕਾਰੋਬਾਰ ਨਹੀਂ ਸਨ ਚੱਲਦੇ। ਇਹਨਾਂ ਨੇ ਆਪਣੇ ਸਮਾਜ ਲਈ ਬਹੁਤ ਵੱਡੇ ਕੰਮ ਕੀਤੇ ਆ, ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਅੱਜ ਉਹਨਾਂ ਦੇ ਇਸ ਦੁਨੀਆ ਉੱਤੇ ਰਹਿੰਦੇ ਤਾਜ਼ਿਆਂ ਦੀ ਤਰ੍ਹਾਂ ਅੱਜ ਨਾਂ ਰੋਸ਼ਨ ਹੈ। ਆਪਣੇ ਸਾਰਿਆਂ ਵਾਸਤੇ ਬਹੁਤ ਹੀ ਫਖਰ ਵਾਲੀ ਗੱਲ ਹੈ ਕਿ ਆਪਾਂ ਸਾਰੇ ਰਲ ਕੇ ਬਾਬਾ ਮੋਤੀ ਰਾਮ ਜੀ ਮਹਿਰਾ ਕਸ਼ਯਪ ਰਾਜਪੂਤ ਸਭਾ, ਭਾਈ ਹਿੰਮਤ ਸਿੰਘ ਜੀ ਕਸ਼ਯਪ ਰਾਜਪੂਤ ਸਭਾ, ਉਹਨਾਂ ਦੇ ਸਾਰੇ ਸਹਿਯੋਗੀ ਸਾਥੀ, ਸਾਰੇ ਪੰਜਾਬ 'ਚੋਂ ਆਏ ਹੋਏ ਪਰਿਵਾਰ, ਬਜ਼ੁਰਗ ਵੀਰ ਮਾਤਾਵਾਂ ਭੈਣਾਂ, ਆਪਣੀਆਂ ਸਭਾਵਾਂ ਦੇ ਮੁੱਖ ਸੇਵਾਦਾਰ ਸਾਹਿਬਾਨ, ਹੋਰ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਦੇ ਅਹੁਦੇਦਾਰ ਸਾਹਿਬਾਨ, ਬੜੇ ਹੀ ਸਤਿਕਾਰ ਦੇ ਨਾਲ ਇਸ ਸਥਾਨ 'ਤੇ ਹਰ ਸਾਲ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਦਿਨ ਮਨਾਉਂਦੇ ਹਾਂ ਤਾਂ ਉਹਨਾਂ ਨੂੰ ਯਾਦ ਕਰਦੇ ਹਾਂ। ਇਸ ਗੱਲ ਦੀ ਸਰਦਾਰ ਗਰੀਬ ਸਿੰਘ ਜੀ ਨੂੰ, ਸ਼ਾਲੀਮਾਨ ਸਾਹਿਬ ਨੂੰ, ਇਹਨਾਂ ਦੀ ਸਾਰੀ ਜਥੇਬੰਦੀ ਨੂੰ, ਸਾਰੇ ਸਾਥੀਆਂ ਨੂੰ ਵਧਾਈ ਵੀ ਦਿੰਦੇ ਹਾਂ ਅਤੇ ਜਿੰਨੀ ਇਹਨਾਂ ਦੀ ਸਿਫਤ ਕਰ ਲਓ ਉਨੀ ਥੋੜ੍ਹੀ ਹੈ। ਕਰਕੇ ਜਦ ਵੀ ਇਹ ਦਿਨ ਆਉਂਦਾ ਹੈ ਅਤੇ ਆਪਣੇ ਮਨਾਂ ਦੇ ਵਿੱਚ ਉਹ ਬਦਲੇ ਉੱਠਦੇ ਨੇ, ਫਿਰ ਆਪਾਂ ਇੱਕ ਵਾਰੀ ਇਤਿਹਾਸ ਦੇ ਚਰੋਖੇ ਵੱਲ ਦੇਖਦੇ ਹਾਂ, ਇਤਿਹਾਸ ਨੂੰ ਯਾਦ ਕਰਦੇ ਹਾਂ ਅਤੇ ਬੜੀ
ਵੱਡੀ ਕੁਰਬਾਨੀ ਹੈ, ਬਹੁਤ ਅਜ਼ੀਮ ਸ਼ਹਾਦਤ ਹੈ, ਏਡੀ ਵੱਡੀ ਸੇਵਾ ਜਿਹੜੀ ਕਿ ਕਿਤੇ ਆਪਾਂ ਨੂੰ ਇਤਿਹਾਸ ਵਿੱਚ ਦੇਖਣ ਨੂੰ ਮਿਲਦੀ ਨਹੀਂ। ਪ੍ਰਿੰਸੀਪਲ ਸਾਹਿਬ ਨੇ ਬਹੁਤ ਸਹੀ ਆਖਿਆ ਕਿ ਕਿੱਥੇ ਇੱਕ ਪਾਸੇ ਗੰਗੂ ਬ੍ਰਾਹਮਣ ਸੀ ਜਿਹਨੇ ਲੂਣ ਵੀ ਖਾਧਾ ਸੀ ਗੁਰੂ ਘਰ ਦਾ, ਲੇਕਿਨ ਉਹ ਵੀ ਹਰਾਮ ਕੀਤਾ ਉਹਨੇ। ਦੂਸਰੇ ਪਾਸੇ ਬਾਬਾ ਮੋਤੀ ਰਾਮ ਮਹਿਰਾ ਸੀ ਜਿਹਦੇ ਮਨ ਦੇ ਵਿੱਚ ਇੱਕ ਜਜ਼ਬਾ ਸੀ, ਤੜਫ ਸੀ, ਸੋਚ ਸੀ ਕਿ ਮੈਂ ਇਹ ਇਹਨਾਂ ਬੱਚਿਆਂ ਦੀ ਸੇਵਾ ਕਰਨੀ ਹੈ, ਮਾਤਾ ਜੀ ਦੀ ਸੇਵਾ ਕਰਨੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਮੈਂ ਨਤਮਸਤਕ ਹੋਣਾ ਹੈ ਅਤੇ ਕਰਾਉਂਦਾ ਤਾਂ ਪਰਮਾਤਮਾ ਆਪ ਹੀ ਹੈ। ਅਤੇ ਮੈਂ ਬਹੁਤ ਵੱਡਾ ਫੈਸਲਾ ਲੈ ਕੇ ਜਿੱਥੇ ਸੇਵਾ ਕੀਤੀ ਉਹਨਾਂ ਨੇ, ਪਤਾ ਸੀ ਉਹਨਾਂ ਨੂੰ ਕਿ ਸੂਬਾ ਸਰਹੰਦ ਦਾ ਜ਼ੁਲਮ, ਉਹਦੇ ਹੁਕਮ ਕੋਈ ਵੀ ਟਾਲ ਨਹੀਂ ਸਕਦਾ ਅਤੇ ਉਹਦਾ ਅੰਜਾਮ ਵੀ ਉਹਨਾਂ ਨੂੰ ਦਿਸਦਾ ਸੀ। ਪਰ ਉਸਦੇ ਬਾਵਜੂਦ ਇਹਨਾਂ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਏਡੀ ਵੱਡੀ ਸੇਵਾ ਉਹਨਾਂ ਨੇ ਕੀਤੀ ਗੁਰੂ ਘਰ ਦੀ, ਆਪਾਂ ਕਹਿ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਇਹ ਦੁਨੀਆ ਵਿੱਚ ਮਿਸਾਲ ਹੈ, ਕਿਤੇ ਦੇਖਣ ਨੂੰ ਮਿਲਦੀ ਨਹੀਂ। ਰਾਜਵੀਰ ਕੌਰ, ਡਾਟਰ ਆਫ ਕੁਲਿੰਦਰ ਸਿੰਘ, ਕਿੱਲਾ ਪਿੰਡ ਤੋਂ, ਔਰ ਮਨਪ੍ਰੀਤ, ਸਨ ਆਫ ਸੁਰਿੰਦਰ ਪਾਲ, ਇਹ ਸਰੀ ਤੋਂ ਹੈ, 10th ਕਲਾਸ ਵਿੱਚੋਂ ਫਸਟ ਆਇਆ। ਸੋ ਜਿਨ੍ਹਾਂ ਬੱਚਿਆਂ ਦੇ ਨਾਮ ਲੈ ਜਾ ਰਹੇ ਪਲੀਜ਼ ਜਲਦੀ ਆ ਜਾਓ। ਔਰ ਉਹਨਾਂ ਤੋਂ ਬਾਅਦ ਬਿਲਕੁਲ ਤਿਆਰ ਹੈ ਸ਼ਰਨਜੀਤ ਕੌਰ, ਡਾਟਰ ਆਫ ਗੁਰਦੀਪ ਸਿੰਘ ਸਰੀ, 88% ਮਾਰਕਸ ਲੈ ਕੇ ਇਸ ਬੱਚੀ ਨੇ 10th ਦੇ ਵਿੱਚ। ਰਾਜਵੀਰ ਕੌਰ ਬੱਚੀ ਹੈ ਗਿੱਲਾ ਪਿੰਡ ਤੋਂ, ਆਪਣਾ ਇੱਕ ਸਨਮਾਨ, ਸਾਡੇ ਰਿਸਪੈਕਟਡ ਹਲਕੇ ਦੀ ਸ਼ਾਨ, ਸਮਾਜ ਦੀ ਉੱਘੀ ਸ਼ਖਸੀਅਤ, ਬਟਾਲਾ ਸਾਹਿਬ, ਬਟਾਲਾ ਸਾਹਿਬ ਔਰ ਸ਼ਾਲੀਮਾਰ ਜੀ ਦੇ ਘਰ ਕਮਲਾਂ ਤੋਂ ਆਪਣਾ ਇਹ ਸਨਮਾਨ ਪ੍ਰਾਪਤ ਕਰੋ। ਮਨਪ੍ਰੀਤ ਪੁੱਤਰ ਸੁਰਿੰਦਰ ਪਾਲ ਸ੍ਰੀ, 10th ਕਲਾਸ ਵਿੱਚੋਂ ਫਸਟ। ਇੱਕ ਵਾਰ ਜ਼ੋਰਦਾਰ ਮਸਲ ਤਾਂ ਨਹੀਂ ਬਜਾਣੀ ਚਾਹੀਦੀ ਬਾਬਾ ਜੀ, ਸੋਰੀ, ਮੈਂ ਮਾਫੀ ਚਾਹੂੰਗਾ ਜੀ। ਸ਼ਰਨਜੀਤ ਕੌਰ, ਗੁਰਦੀਪ ਸਿੰਘ ਸ੍ਰੀ, 88% ਇਸ ਬੱਚੀ ਨੇ ਮਾਰਕਸ ਲਏ ਨੇ। ਬਬੀਤਾ, ਡਾਟਰ ਆਫ ਲਖਬੀਰ ਸ੍ਰੀ, 10th ਦੇ ਵਿੱਚ 88% ਮਾਰਕਸ। ਸੰਦੀਪ ਪੁੱਤਰ ਸੰਜੇ ਕੁਮਾਰ ਸ੍ਰੀ, 86%। ਮਮਤਾ, ਡਾਟਰ ਆਫ ਗੁਰਦੀਪ ਸਿੰਘ ਭੰਗਾਲਾ ਹਿੰਮਤ, ਪਲੱਸ ਟੂ ਦੇ ਸਟੂਡੈਂਟ ਹੈ, 74% ਮਾਰਕ ਲਏ ਨੇ। ਅਮਨਪ੍ਰੀਤ ਸਨ ਆਫ ਗੁਰਦੀਪ ਸਿੰਘ ਹੁਸੈਨਾਬਾਦ, ਪਲੱਸ ਟੂ ਸੈਕਿੰਡ ਕਲਾਸ ਦੇ ਵਿੱਚ ਇਹਨਾਂ ਨੇ ਇਹ ਪਾਸ ਕੀਤਾ ਹੈ। ਇੰਦਰਜੀਤ ਕੌਰ, ਡਾਟਰ ਆਫ ਹਰਭਜਨ ਸਿੰਘ ਮਾਕੜੀ, ਇਹਨਾਂ ਨੇ ਵੀ ਇਹਨਾਂ ਬੱਚਿਆਂ ਦੀ ਮਿਹਨਤ ਹਿੰਮਤ ਇਹ ਸਨਮਾਨ ਪ੍ਰਾਪਤ ਕਰ ਰਹੇ ਨੇ। ਸੋ ਅੱਜ ਜਿਹਨੇ ਹੋਰ ਬੱਚੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਇਹਨਾਂ ਤੋਂ ਅਵੇਅਰ ਹੋਣਾ ਚਾਹੀਦਾ ਕਿ ਅਗਲੀਆਂ ਕਲਾਸਾਂ ਦੇ ਵਿੱਚ ਆਪਾਂ 6 ਮਾਰਕਸ ਲੈ ਕੇ ਜਿੱਥੇ ਆਪਾਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੇ ਹਾਂ, ਆਪਣੇ ਪਿੰਡ ਦਾ ਨਾਮ ਰੋਸ਼ਨ ਕਰਦੇ, ਆਪਣੇ ਹਲਕੇ ਦਾ ਨਾਮ ਰੋਸ਼ਨ ਕਰਦੇ ਹਾਂ। ਇਸ ਉਪਰੰਤ ਸਮੂਹ ਕਮੇਟੀ ਮੈਂਬਰਾਂ ਵੱਲੋਂ ਵਿਧਾਇਕ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦਿੰਦਿਆਂ ਸਨਮਾਨਿਤ ਵੀ ਕੀਤਾ ਗਿਆ। ਬਾਬਾ ਮੁਕਤੀ ਰਾਮ ਜੀ ਮਹਿਰਾ ਜੀ ਦਾ ਆਪਾਂ ਗੁਰੂ ਮਨਾ ਰਹੇ ਹਾਂ, ਉਹਨਾਂ ਦੀ ਯਾਦ ਦੇ ਵਿੱਚ ਅੱਜ ਆਪਾਂ ਪੰਡਾਲ ਦੇ ਵਿੱਚ ਕਦਰਤ ਹਾਂ। ਪਰ ਬਾਬਾ ਮੁਕਤੀ ਰਾਮ ਮਹਿਰਾ ਜੀ ਦੀ ਜਿਹੜੀ ਕੁਰਬਾਨੀ ਹੈ, ਆਪ ਸਭ ਜਾਣਦੇ ਹੋ ਕਿ ਬਹੁਤ ਵੱਡੀ ਕੁਰਬਾਨੀ ਸੀ ਉਹਨਾਂ ਦੀ, ਜਿਨ੍ਹਾਂ ਨੇ ਗੁਰੂ ਜੀ ਦੇ ਲਾਲਾ ਨੂੰ ਠੰਡੇ ਬੁਰਜ ਦੇ ਵਿੱਚ ਜਦੋਂ ਕੈਦ ਸਨ ਤਾਂ ਉਹਨਾਂ ਨੂੰ ਯੁੱਧ ਵਿਆ ਕੇ ਆਪਣੀ ਜਿਹੜਾ ਇਲਾਕੀ ਫਰਜ਼ ਸੀ ਉਹ ਅਦਾ ਕੀਤਾ, ਔਰ ਪੂਰੇ ਪਰਿਵਾਰ ਨੂੰ ਉਸ ਜ਼ਾਲਮ ਸਰਕਾਰ ਨੇ, ਉਸ ਸਮੇਂ ਦੇ ਹਾਕਮਾਂ ਨੇ ਉਹਨਾਂ ਨੂੰ ਵੱਧ ਵੱਧ ਕਟਵਾ ਕੇ ਉਹਨਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ। ਤਾਂ ਇਹ ਕੋਈ ਛੋਟੀ ਕੁਰਬਾਨੀ ਨਹੀਂ ਹੈ। ਉਹਨਾਂ ਨੇ ਜਿੱਥੇ ਰੀਤ ਖਾਂ ਦੀ ਨੌਕਰੀ ਕੀਤੀ ਉੱਥੇ ਗੁਰੂ ਘਰ ਦੀ ਸੇਵਾ ਤੇ ਗੁਰੂ ਘਰ ਦੇ ਨਾਲ ਹਰ ਵਕਤ ਹਰ ਦਿਨ ਦੀ ਖਬਰ ਮਾਤਾ ਗੁਜਰ ਕੌਰ ਜੀ ਨੂੰ ਵੀ ਨਾਲ ਦਿੱਤੀ।
ਨਾਲ ਹੌਸਲਾ ਅਫਜ਼ਾਈ ਵੀ ਕੀਤੀ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਚੰਦਨ ਦੀ ਲੱਕੜੀ ਦਾ ਵੀ ਇੰਤਜ਼ਾਮ ਕੀਤਾ ਤੇ ਟੋਡਰ ਮੱਲ ਦੇ ਘਰ ਜਾ ਕੇ ਰਾਤ ਨੂੰ ਕਿਹਾ ਕਿ ਟੋਡਰ ਮੱਲ ਇਹ ਤੇਰੀ ਜਹਾਜ਼ ਵਰਗੀ ਹਵੇਲੀ ਤੇ ਤੇਰਾ ਇੱਡਾ ਵੱਡਾ ਕਾਰੋਬਾਰ ਰੰਡੀ ਦੁਨੀਆਂ ਦੇ ਨਾਂ ਰਹੂਗਾ ਜੇ ਤੂੰ ਅੱਜ ਗੁਰੂ ਸਾਹਿਬ ਦੇ ਬੱਚਿਆਂ ਨੂੰ ਅੰਤਮ ਸੰਸਕਾਰ ਵਾਸਤੇ ਜਗ੍ਹਾ ਲੈ ਕੇ ਦੇਵੇ। ਇਸ ਉਪਰੰਤ ਕਸ਼ਯਪ ਰਾਜਪੂਤ ਸਭਾ ਦੇ ਪੰਜਾਬ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਰਹੇਲੂ ਤੋਂ ਇਲਾਵਾ ਹੋਰਨਾਂ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦਿਆਂ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਉ ਭੇਂਟ ਕੀਤੇ ਗਏ। ਸਤਨਾਮ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਾਲ ਪੁਰਖ ਨਿਰੰਜਨਾ ਨਿਤ ਧਿਆਈ ਹੈ ਹਾਲ ਪੁਰਖ ਨਿਰੰਜਨਾ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ। ਅੰਤ ਵਿੱਚ ਆਈਆਂ ਸਮੂਹ ਸੰਗਤਾਂ ਨੂੰ ਗੁਰੂ ਘਰ ਦੇ ਲੰਗਰ ਛਕਾਉਂਦਿਆਂ ਪ੍ਰੋਗਰਾਮ ਨੂੰ ਸਮਾਪਤੀ ਵੱਲ ਤੋਰਿਆ।